ਤਰਾ ਬਰਾੜੀ ਦੇ ਵਿੱਚ ਆ ਕਿਸਾਨ ਜਿਹੜੇ ਨੇ ਉਹ ਜੋ ਟਨੇ ਸ਼ੁਰੂ ਹੋ ਚੁੱਕੇ ਨੇ ਪੰਜਾਬ ਦੇ ਜੋ ਕਿਸਾਨ ਨੇ ਉਹ ਘਟ ਗੰਤੀ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਜੋ ਹੁਰਨਾ ਸੂਬਿਆਂ ਦੇ ਕਿਸਾਨ ਨੇ ਉਹ ਵੀ ਉਸ ਜਗ੍ਹਾ ਦੇ ਉੱਤੇ ਪਹੁੰਚਨੇ ਸ਼ੁਰੂ ਹੋ ਗਏ ਨੇ ਕਿਉਂਕਿ ਉਹ ਜਗ੍ਹਾ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਕਿਸਾਨਾਂ ਨੂੰ ਕਿ ਤੁਸੀਂ ਇੱਥੇ ਜਾ ਕੇ ਦਰਨਾ ਲਗਾ ਸਕਦੇ ਹੋ ਦਰਨਾ ਪ੍ਰਦਰਸ਼ਨ ਕਰ ਸਕਦੇ ਹੋ ਪਰ ਕਿਸਾਨ ਪੰਜਾਬ ਦੇ ਔਰ ਹਰਿਆਣਾ ਦੇ ਜ਼ਿਆਦਾਤਰ ਇਹੀ ਗੱਲ ਕਰਕੇ ਜਿਤ ਕਰ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਹੀ ਦਰਨਾ ਦਿੱਤਾ ਜਾਵੇਗਾ ਔਰ ਜੋ ਨਾਲ ਲੱਗਦੇ ਬਾਰਡਰ ਨੇ ਜਿਸ ਤਰ੍ਹਾਂ ਕੁੰਡਲੀ ਬਾਰਡਰ ਹੈ ਤਾਂ ਉਸਤੇ ਕਿਸਾਨ ਧਰਨਾ ਦੇਣਗੇ ਤਾਂ ਜੋ ਸਰਕਾਰ ਤੱਕ ਆਵਾਜ਼ ਪਹੁੰਚੇ ਉਹਨਾਂ ਦੀ ਤਾਂ ਅੱਜ ਇਸ ਬਾਬਤ ਫੈਸਲਾ ਵੀ ਲਿਆ ਜਾਣਾ ਕਿਸਾਨ ਜਥੇਬੰਦੀਆਂ ਜੁਟਣਗੀਆਂ ਕਿ ਬਰਾੜੀ ਦੇ ਵਿੱਚ ਜਾ ਕੇ ਧਰਨਾ ਦੇਣਾ ਜਾਂ ਫਿਰ ਸਿੰਘੂ ਬਾਰਡਰ ਤੇ ਜਾਂ ਫਿਰ ਕੁੰਡਲੀ ਬਾਰਡਰ ਤੇ ਜਿੱਥੇ ਕਿਸਾਨ ਪਹਿਲਾਂ ਹੀ ਜੁਟ ਚੁੱਕੇ ਨੇ ਉਸ ਜਗ੍ਹਾ ਤੇ ਧਰਨੇ ਦਿੱਤੇ ਜਾਣਗੇ ਉਧਰ ਬਰਾੜੀ ਦੇ ਵਿੱਚ ਜੋ ਕਿਸਾਨ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਾਡੇ ਸਹਯੋਗੀ ਦੇ ਵੱਲੋਂ ਕੀ ਕੁਝ ਕਹਿ ਰਹੇ ਨੇ ਕਿਸਾਨ ਉਹ ਵੀ ਸੁਣ ਲੈਣੇ केंद्र सरकार के काले कानूनों के खिलाफ लगातार जंग जारी जारी है किसानों की तुम देख सकते हो कि बिराड़ी की ग्राउंड के मौजूद हाँ तो किसान भी साढ़े नौजूद हैं उन्होंने गल करते हैं की ना है ता कितों है तुसी? हम जिले बिजनौर से आए हैं यूपी से और हम जो लगभग चार सौ के आस पास आदमी आ चुके हैं और हमारे चार सौ पाँच सौ ट्रैक्टर ट्राली और आने तैयार हैं और अब स्थिति जो है जो हमारे किसान भाई पंजाब हरियाणा सार के उन पर इस सरकार ने पानी की बौछार करवाई लाठी डंडे बजवाए तो इस विरोधी किसान विरोधी सरकार के मेरे खिलाफ़ हैं भाई कोई इसके कहने की बात नहीं आज ये देख लो अब जो हमारा जो यूपी में गन्ने का कारोबार है गन्ने का पिछले साल का अभी तक पेमेंट नहीं हुआ आज जो है नया सीजन चालू हो गया अभी उसे जो एक काफले के रूप से चले होने हो की दिक्कत आई है रस्ते हमें बहुत दिक, दिक्कत आई रस्ते में रस्ते में एक तो ठंड बहुत थी ठंड के अलावा बार बार पुलिस रोकती थी कहाँ जा रहे हो अपनी लड़ाई लड़ने जा रहे हैं रोकने की कोशिश की गई बैरीगेड लगा के जहाँ इस तरह जिस तरह पंजाब के किसानों के नाल किया जा रहा है जहाँ शंभू बॉर्डर से किया गया संधु बॉर्डर पर किया गया तरह थे थे उस तरह के हालात उधर भी बने उस तरह से हमें नहीं मिला कुछ हमारे यहाँ कुछ बना वैसे ऐसा नहीं बना जो हमारे पास पानी वाटर कैन का इस्तेमाल करा हो या डंडे का पुलिस बल ने हमारे साथ कोई ऐसा नहीं करा रोका बुझा हमने कह दिया हमारे सिंह साहब जो सरदार बी एम सिंह जी हैं उनका आदेश है परमिशन हो गई जा रहे हैं ਤੁਮ ਰੋਕ ਕਾ ਮੈਂ ਕਿ ਲੋਗ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਜਾਂ ਰਿਆ ਨੇ ਇਹਦੇ ਕਿਸਾਨਾਂ ਦੀ ਗੱਲ ਕਰੀਏ ਸਾਰੇ ਇੱਕ ਮੁੱਠੋਂ ਦੇ ਨਜ਼ਰ ਆ ਰਹੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਸੰਧੂ ਬਾਰਡਰ ਤੇ ਕੀਤਾ ਗਿਆ ਕਿ ਉਹ ਕਿੱਥੇ ਤੱਕ ਦਾ ਠੀਕ ਹੈ ਦੇਖੋ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਦਿੱਲੀ ਸਰਕਾਰ ਦੀ ਗੱਲ ਕਰੀਏ ਇਹ ਲੋਕ ਕੁਝੀਆਂ ਚਾਲਾਂ ਚੱਲ ਰਹੇ ਨੇ ਹੁਣੇ ਅਪਡੇਟ ਆ ਰਹੀ ਹੈ ਜਿਹੜੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ ਤੇ ਖੜੇ ਨੇ ਸਿੰਘੂ ਬਾਰਡਰ ਤੇ ਉਹਨਾਂ ਦੇ ਟਾਇਰਾਂ ਦੇ ਵਿੱਚ ਸੂਏ ਮਾਰੇ ਜਾ ਰਹੇ ਨੇ ਤੇ ਇਹ ਇਹੋ ਜਿਹੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ ਇਹਨਾਂ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਕਲੀਅਰ ਦੱਸ ਦਈਏ ਇਧਰੋਂ ਚੜ੍ਹਾਈ ਕਰ ਚੁੱਕਾ ਹੈ ਪੰਜਾਬ ਤੇ ਹਰਿਆਣਾ ਔਰ ਇਧਰੋਂ ਤੁਹਾਡੇ ਸਾਹਮਣੇ ਆ ਪੰਜਾਬ ਇੱਥੇ ਬੁਰਾੜੀ ਦੀ ਧਰਤੀ ਤੇ ਦਿੱਲੀ ਦੇ ਵਿੱਚ ਯੂਪੀ ਦੇ ਕਿਸਾਨ ਆ ਕੇ ਖੜੇ ਨੇ ਅਸੀਂ ਖੁਦ ਯੂਪੀ ਪਿਲੀਪੀ ਜ਼ਿਲ੍ਹੇ ਤੋਂ ਪੁਰਨਪੁਰ ਤੋਂ ਆ ਕੇ ਖੜੇ ਹਾਂ ਰਾਤ 2:30 ਵਜੇ ਪਹੁੰਚ ਗਏ ਸੀ ਪਹਿਲਾ ਜਥਾ ਜਿਹੜਾ ਆ ਪੁਰਨਪੁਰ ਦਾ ਤੇ ਬਿਜਨੌਰ ਦੇ ਲੋਕਾਂ ਜਿਹੜੇ ਕਿਸਾਨ ਸਾਥੀ ਨੇ ਇਹਨਾਂ ਦਾ ਪਹਿਲਾ ਜਥਾ ਇਥੇ ਪਹੁੰਚਿਆ ਸੀ ਜਿਹੜਾ ਕਿ ਰੂਟ ਕਲੀਅਰੈਂਸ ਵੀ ਦੱਸੀ ਕਿ ਕਿਹੜੇ-ਕਿਹੜੇ ਰੂਟ ਖੁੱਲੇ ਨੇ ਜਿਵੇਂ ਤੁਸੀਂ ਪੁੱਛਿਆ ਕਿ ਕੀ ਇਹੋ ਜਿਹੀਆਂ ਦਿੱਕਤਾਂ ਆਈਆਂ ਪਰਸੋਂ ਤੱਕ ਸਾਨੂੰ ਇਹ ਸਾਰੀਆਂ ਦਿੱਕਤਾਂ ਆਈਆਂ ਸਾਡੇ ਉਤਰਾਛਲ ਦੇ ਸਾਥੀ ਪਿਛਲੇ 4 ਦਿਨ ਤੋਂ ਨਿਕਲੇ ਹੋਏ ਨੇ ਜਿਵੇਂ ਤੁਸੀਂ ਇਧਰੋਂ ਪੰਜਾਬ ਦੀ ਗੱਲ ਕਰਦੇ ਹੋ ਕਿ ਪੰਜਾਬ ਵਾਲੇ ਹਰਿਆਣੇ ਵਾਲੇ 23 ਤਰੀਕ ਤੋਂ ਨਿਕਲੇ ਸੀ ਇਹ ਵੀ ਨਿਕਲੇ ਸੀ ਪਹਿਲਾਂ ਤੋਂ ਟ੍ਰਾਇਲ ਇਹਨਾਂ ਵੀ ਕੀਤਾ ਸੀ ਇਹਨਾਂ ਨੂੰ ਬਲਾਸਪੁਰ ਰੋਕਿਆ ਗਿਆ ਉਤਰਾਛਲ ਵਾਲਿਆਂ ਨੂੰ ਪਹਿਲਾਂ ਬਲਾਸਪੁਰ ਰੋਕਿਆ ਯੂਪੀ ਦੀ ਹੱਦ ਤੇ ਉਸ ਤੋਂ ਬਾਅਦ ਇਹਨਾਂ ਨੂੰ ਰਾਮਪੁਰ ਰੋਕਿਆ ਅਗਲੇ ਦਿਨ ਉਸ ਤੋਂ ਬਾਅਦ ਕੱਲ ਜਦੋਂ ਪਰਮਿਸ਼ਨ ਕਲੀਅਰੈਂਸ ਹੋਈ ਹੈ ਜਦੋਂ ਦਿੱਲੀ ਸਰਕਾਰ ਵੱਲੋਂ ਪਰਮਿਸ਼ਨ ਮਿਲੀ ਹੈ ਪਰਮਿਸ਼ਨ ਉਦੋਂ ਕਲੀਅਰ ਹੋਈ ਜਦੋਂ ਸੰਧੂ ਬਾਰਡਰ ਦੇ ਉੱਪਰ ਕਿਸਾਨ ਜਿਹੜਾ ਦੇਸ਼ਧਾਨ ਦਾਤਾ ਤੇ ਜਿਹੜਾ ਦਿੱਲੀ ਦੀ ਪੁਲਿਸ ਪ੍ਰਸ਼ਾਸਨ ਨੇ ਸਾਹਮਣੇ ਹੋ ਗਏ ਝੜਬੀ ਹੋਈ ਔਰ ਤੋਂ ਬਾਅਦ ਹੀ ਜਿਹੜੀ ਇਹਨਾਂ ਨੇ ਪਰਮਿਸ਼ਨ ਦਿੱਤੀ ਪਹਿਲੇ ਕਿਉਂ ਨਹੀਂ ਦਿੱਤੀ ਦੇਖੋ ਜੀ ਇਦਾਂ ਗੱਲਾਂ ਦੋ ਨੇ ਪਹਿਲਾਂ ਸਰਕਾਰ ਨੂੰ ਕੁਝ ਇਦਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਕੋਰੋਨਾ ਦੇ ਡਰ ਦੇ ਲਿਹਾਜ਼ ਨਾਲ ਲੋਕਾਂ ਨੇ ਨਹੀਂ ਆਉਣਾ ਪਰ ਜਦੋਂ ਇੱਧਰ ਇਹਨਾਂ ਨੂੰ ਸਿੰਘੂ ਬਾਰਡਰ ਇੱਥੋਂ ਕੋਲ ਦਾਦਾ ਜ਼ਿਆਦਾ ਨਹੀਂ ਮੇਰੇ ਖਿਆਲ ਨਾਲ 20 ਕਿਲੋਮੀਟਰ ਦੀ ਦੂਰੀ ਹੈ ਆ ਖੜੇ ਨੇ ਆ ਖੜੇ ਨੇ ਦਿੱਲੀ ਹਿੱਕ ਦੇ ਪੈਰ ਰੱਖ ਕੇ ਔਰ ਹੁਣ ਇਹਨਾਂ ਨੂੰ ਦੇਖ ਕੇ ਆ ਕਿ ਹੁਣ ਇਹਨਾਂ ਵਾਸਤੇ ਦਿੱਲੀ ਦੂਰ ਨਹੀਂ ਜਿਨ੍ਹਾਂ ਨੇ ਪਿਛਲਾ ਕੋਈ ਬਾਰਡਰ ਨਹੀਂ ਛੱਡਿਆ ਛੱਡਦੇ ਵੀ ਨਹੀਂ ਔਰ ਉਧਰ ਜਿਹੜੇ ਬੈਠੇ ਸੀਗੇ ਜਿਹੜੇ ਤਹਿਸੀਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਰ ਰੇ ਪ੍ਰੋਜੈਕਸ਼ਨ ਕਰ ਰਹੇ ਸੀਗੇ ਯੂਪੀ ਦੇ ਕਿਸਾਨ ਮੱਧ ਪ੍ਰਦੇਸ਼ ਦੇ ਕਿਸਾਨ ਆਏ ਹੋਏ ਸੀ ਇਹ ਜਿਹੜੇ ਮੱਧ ਪ੍ਰਦੇਸ਼ ਦੇ ਕਿਸਾਨ ਨੇ ਇਹਨਾਂ ਨੂੰ ਆਗਰਾ ਬਾਰਡਰ ਤੇ ਰੋਕਿਆ ਗਿਆ ਤਿੰਨ ਦਿਨ ਹੋ ਗਏ ਨੇ ਕੀ ਤੁਹਾਨੂੰ ਲੱਗਦਾ ਕਿਸਾਨਾਂ ਨੂੰ ਸਿਆਸਤ ਵਿੱਚ ਵੀ ਜਿਹੜਾ ਕਮਾਨ ਵਾਲੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੇ ਕਿਸਾਨ ਨੂੰ ਵੀ ਵਕ ਕਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਕਿਸਾਨਾਂ ਨੂੰ ਪਰ ਕਿਸਾਨ ਇੱਕ ਮੁਠ ਹੁੰਦਾ ਨਜ਼ਰ ਆ ਰਿਹਾ ਦੇਖੋ ਜੀ ਇਸ ਗੱਲ ਵਾਸਤੇ ਅਸੀਂ ਤੁਹਾਨੂੰ ਇੱਕ ਗੱਲ ਦੱਸ ਦਈਏ 올 ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਅੱਜ ਲਗਭਗ 300 ਕਿਸਾਨ ਸੰਗਠਨਾ ਦਾ ਇੱਕ ਜੁੱਟ ਗਰੁੱਪ ਬਣ ਚੁੱਕਾ ਹੈ ਔਰ ਇਹ ਕਮੇਟੀ ਸਨ 2017 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਜਦੋਂ ਮੱਧ ਪ੍ਰਦੇਸ਼ ਦੀ ਹਿਟਲਰ ਸ਼ਹੀਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ ਮੰਦਸੌਰ ਦੇ ਵਿੱਚ ਗੋਲੀ ਕਾਂਡ ਕਰਾਇਆ ਸੀ 6 ਨੌਜਵਾਨ ਕਿਸਾਨ ਉੱਥੇ ਸ਼ਹੀਦ ਹੋਏ ਸੀ ਉੱਥੋਂ ਇਸ ਕਿਸਾਨ ਅੰਦੋਲਨ ਦੀ ਨੀਂਹ ਸਨ 2017 ਚ ਰੱਖੀ ਗਈ ਸੀ 2018 ਚ ਤੁਸੀਂ ਦੇਖਿਆ 28 29 ਨਵੰਬਰ ਨੂੰ ਫੈਸਲਾ ਹੁਣ ਕੀ ਫੈਸਲਾ ਕੀਤਾ ਜਾ ਦੇਖੋ ਫੈਸਲਾ ਕਲੀਅਰ ਹੈ ਸਾਰੇ ਕਿਸਾਨ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ ਕਿਸੇ ਕਿਸੇ ਵੀ ਪ੍ਰਦੇਸ਼ ਦੇ ਹੋਣ ਕਿਸੇ ਜ਼ਿਲ੍ਹਾ ਲੈਵਲ ਦੀ ਹੋਵੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਖੜੀਆਂ ਨੇ ਵੇਟ ਤਾਂ ਇੱਕ ਦੂਜੇ ਦਾ ਹੋ ਰਿਹਾ ਨਾ ਕਿ ਆਪਾਂ ਕਦੋਂ ਇੱਕ ਦੂਜੇ ਦੇ ਨਾਲ ਇਕੱਠੇ ਹੋ ਜਾਈਏ ਅੱਜ ਅਸੀਂ ਇੱਥੇ ਪਹੁੰਚੇ ਆਂ ਵੇਟ ਕਰ ਰਹੇ ਆਂ ਕਦੋਂ ਸਾਡੇ ਪਿਛੇ ਹੌਨ ਦੇਣਗੇ ਤੁਹਾਨੂੰ ਲੱਗਦਾ ਹੈ ਕੀ ਚੀਜ਼ ਜੀ ਪ੍ਰਸ਼ਾਸਨ ਜਿਹੜਾ ਦਿੱਲੀ ਦੀ ਸਰਕਾਰ ਹੈ ਉਹ ਇਕੱਠੇ ਹੋਣ ਦਊਗੀ ਕਿਸਾਨਾਂ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਨੇ ਚਾਹੇ ਸੰਧੂ ਬਾਰਡਰ ਦੀ ਗੱਲ ਕਰ ਲਈਏ ਚਾਹੇ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਤੁਸੀਂ ਲੰਕੇ ਅਤੇ ਬਰਾੜੀ ਦੀ ਧਰਤੀ ਤੱਕ ਪਹੁੰਚੇ ਹੋ ਤੁਸੀਂ ਦੇਖੋ ਇਸ ਦੇ ਨਾਲ ਹੀ ਅਸੀਂ ਕਰਾਸ ਕੁਐਸਚਨ ਕਰਨਾ ਚਾਹਾਂਗੇ ਕਿ ਤੁਹਾਨੂੰ ਜਾਂ ਆਮ ਜਨਤਾ ਨੂੰ ਜਾਂ ਸਰਕਾਰ ਨੂੰ ਲੱਗਦਾ ਕਿ ਇਹ ਰੋਕ ਪਾਉਣਗੇ ਇਹਨਾਂ ਨੂੰ ਲੱਗਦਾ ਕਿ ਜਿਹੜੇ ਦਿੱਲੀ ਦੀ ਹਿੱਕ ਤੇ ਆ ਕੇ ਖੜ ਗਏ ਨੇ ਹੁਣ ਇਹਨਾਂ ਨੂੰ ਦਿੱਲੀ ਆਉਣ ਤੋਂ ਰੋਕ ਲੋਗੇ ਔਰ ਦੂਜੀ ਗੱਲ ਇਹ ਕਹਿ ਰਹੇ ਨੇ ਅਸੀਂ ਦਿੱਲੀ 'ਚ ਐਂਟਰੀ ਨਹੀਂ ਦਾਂਗੇ ਟਾਡੇ ਪਿਓ ਦੀ ਦਿੱਲੀ ਹੈ ਆ ਰਹੇ ਆ ਯੂਪ ਵਾਲੇ ਰੋਕੇ ਦਿਖਾਓ ਫਿਰ ਇਹਨਾਂ ਨੂੰ ਪਿੱਛੇ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਮ ਆਪਣੇ ਜੋ ਹਮਾਰਾ ਇਹ ਉਹ ਇਹਨਾਂ ਨੇ ਕਾਲਾ ਕਾਨੂੰਨ ਲਾਇਆ ਹਾਂ ਉਸੇ ਉਸਕੇ ਬਿਲਕੁਲ ਖਿਲਾਫ ਹੈ ਹਮ ਇਸਕੇ ਬਿਲਕੁਲ ਖਿਲਾਫ ਹੈ ਆंदोलन ਚੱਲੇਗਾ ਜਬ ਤੱਕ ਉਹ ਕਾਲਾ ਕਾਨੂੰਨ ਵਾਪਸ ਨਹੀਂ ਲੈਂਗੇ ਤੁਸੀਂ ਕੀ ਕਹਿਣਾ ਤੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਮੁੜਨ ਵਾਲੇ ਅਸੀਂ ਪੱਕੀ ਤਿਆਰੀ ਚ ਆਏ ਹਾਂ ਸਾਰਾ ਸਾਡੇ ਕੋਲ ਸਮਾਨ ਪਿਆ ਔਰ ਬਾਕੀ ਸਾਡੇ ਕੋਲ ਵਾਪਸੀ ਆ ਵੀ ਜਾਣਾ ਇਹੋ ਜੀ ਕੋਈ ਦਿੱਕਤ ਨਹੀਂ ਆਣੀ ਅਸੀਂ ਪੂਰੀ ਲੜਾਈ ਜਿਹੜੀ ਆ ਇੱਕ ਤਾਨਕੇ ਲੈ ਕੇ ਜਾਣੀ ਭਾਜੀ ਰੋਟੀ ਨਾ ਬਣ ਪਾਏ ਚਨੇ ਲੈ ਕੇ ਆਏ ਆ 1 ਮਿੰਟ ਲਈ ਸਾਡੇ ਕੋਲ ਟਾਈਮ ਨਹੀਂ ਲੱਗਦਾ ਅਸੀਂ ਰੋਟੀ ਨਹੀਂ ਬਣਾ ਪਾਉਂਦੇ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਚਨੇ ਰੱਖ ਕੇ ਲੈ ਕੇ ਆਏ ਆ ਚਣਿਆਂ ਨਾਲ ਵੀ ਅਸੀਂ ਲੜਾਈ ਲੜ ਸਕਦੇ ਹਾਂ ਜੇ ਫੌਜ ਚਣੇ ਨਾਲ ਲੜਾਈ ਲੜ ਸਕਦੀ ਹੈ ਨਾ ਕਿਸਾਨਾਂ ਨੂੰ ਵੀ ਲੜਨੀ ਆਉਂਦੀ ਆ ਔਰ ਦੂਜੀ ਗੱਲ ਵੱਡੀ ਗੱਲ ਇਹ ਆ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਇੱਕ ਸਰਕਾਰ ਬਿਲਕੁਲ ਨਾ ਕਰੇ ਵੰਡਣ ਦੀ ਕੋਸ਼ਿਸ਼ ਨਾ ਕਰੇ ਅਸੀਂ ਲਗਾਤਾਰ ਟੀਵੀ ਡਿਬੇਟਸ ਦੇਖ ਰਹੇ ਹਾਂ ਕੋਈ ਕਹਿ ਰਿਹਾ ਹੈ ਕਾਂਗਰਸ ਪ੍ਰਭਾਵਿਤ ਨਹੀਂ ਕੋਈ ਕਹਿ ਰਿਹਾ ਆਮ ਆਦਮੀ ਪਾਰਟੀ ਪ੍ਰਭਾਵਿਤ ਨਹੀਂ ਕੋਈ ਕੁਛ ਕੋਈ ਕੁਛ ਕਲੀਅਰ ਕਰ ਦਈਏ ਇਹ ਕਿਸਾਨ ਆਏ ਨੇ ਇਹ ਕਿਸੇ ਪਾਰਟੀ ਦੇ ਅੰਦਰ ਨਹੀਂ ਆਏ ਜੇ ਕਿਸੇ ਪਾਰਟੀ ਦੇ ਅੰਡਰ ਆਏ ਹੁੰਦੇ ਜੇ ਕਾਂਗਰਸ ਪ੍ਰਭਾਵਿਤ ਹੁੰਦੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੋਈ ਕਿੰਨੇ ਕਿਸਾਨ ਗਏ ਨੇ ਉਹਨੂੰ ਛਡਾਉਣ ਕਿੰਨੇ ਕਿਸਾਨ ਗਏ ਨੇ ਉਹਨੂੰ ਛਡਾਉਣ ਜੇ ਕਾਂਗਰਸ ਪ੍ਰਭਾਵਿਤ ਹੁੰਦੇ ਉਧਰ ਨੂੰ ਮੂੰਹ ਨਾ ਕਰਦੇ ਜਵਾਬ ਇਹਨਾਂ ਦੇ ਕੋਲ ਹੈ ਕਿ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਤੁਸੀਂ ਦੇਖ ਸਕਦੇ ਹੋ ਕਿ ਬਰਾੜੀ ਦੀ ਉਹ ਗਰਾਊਂਡ ਜਿੱਥੇ ਪ੍ਰਸ਼ਾਸਨ ਵਾਲੋ ਜਾਂ ਕੇਂਦਰ ਸਰਕਾਰ ਵਾਲੋ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉੱਥੇ ਜੇ ਗੱਲ ਕਰੀਏ ਪੂਰੇ ਦੇਸ਼ ਦੇ ਜਿਹੜੇ ਕਿਸਾਨ ਜਿਹੜੇ ਇੱਕ ਮੋਟ ਜਿਹੜੇ ਹੋਣਗੇ ਤੇ ਜਿਹੜਾ ਵੱਡਾ ਸੰਘਰਸ਼ ਦੇ ਚਲਾਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉੱਥੇ ਕਿਸਾਨਾਂ ਦਾ ਕਹਿਣਾ ਚਾਹੀਏ ਉਹ ਯੂਪੀ ਬਿਹਾਰ ਦੇ ਹੋਣ ਪੰਜਾਬ ਹਰਿਆਣਾ ਦੇ ਹੋਣ ਜਾਂ ਉਤਰਾਂਚਲ ਦੇ ਹੋਣ ਜਿੱਥੋਂ ਦੇ ਵੀ ਕਿਸਾਨ ਹੋਣ ਇੱਕ ਮੋਟ ਹੋ ਕੇ ਇੱਕ ਵੱਡਾ ਸੰਘਰਸ਼ ਜਿਹੜਾ ਇਸ ਬਰਾੜੀ ਦੀ ਗਰਾਊਂਡ ਦੇ ਵਿੱਚ ਕੀਤਾ ਜਾਵੇਗਾ ਕੈਮਰਾਮੈਨ ਨੀਖਿਤ ਸ਼ਰਮਾ ਦੇ ਨਾਲ ਮਨਵੀਰ ਸਭ